ਵਲੌਗ ਦੇਖਿਆ ਹੀ ਹੋਊਗਾ। ਲਿੰਕ ਜੀ ਟੈਡ ਕਰਨ ਵਾਲੀ ਯਾਰ ਇੱਕ ਹੋਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਭ ਦਾ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ, ਇਹ ਸੱਸ ਜੀ ਸਵਾਗਤ ਵਾਲੀ ਆ। ਹੁਣੀ ਹੋ ਗਾ ਤਾਂ ਕੀਤੀ ਆ ਸ਼ੁਰੂ ਕਰ ਲਈ। ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਹੋਈ ਜੀ, ਪੰਡਾਵੇਂ ਪਾਲੇ ਬਿਨਾਂ ਟੈਰਾਂ ਤੋਂ। ਮੈਂ ਕਹਿੰਦਾ ਤਾਂ ਹੀ ਨੀ ਲੋਕ ਪਾਉਂਦੇ ਬਾਈ ਇਹਨੂੰ, ਵਿਹਲੇ ਪਏ ਆ। ਨਹੀਂ ਨਹੀਂ ਹੁਣੇ ਕੱਢ ਕੇ ਗਿਆ, ਕੱਢੇ ਗਿਆ ਫਿਰ ਠੀਕ ਆ। ਮੈਂ ਕਹਿੰਦਾ ਵਿਹਲੇ ਪਏ ਆ, ਲੋਕੀ ਪਾਉਂਦੇ ਨਹੀਂ ਲੱਗਦੇ ਹੈਗੇ ਟੈਰਾਂ ਤੋਂ ਬਿਨਾਂ, ਦੋਨੇ ਟੈਰਾਂ ਤੋਂ ਬਿਨਾਂ ਨੇ। ਪ੍ਰਾਈਵੇਟ ਹੀ ਆ, ਮਿਲਦੇ ਨਹੀਂ ਸੀਗੇ ਤਾਂ ਇੱਥੋਂ ਚੱਕੀ ਆ। ਸਹੀ ਗੱਲ ਆ, ਅਤੇ ਇਹ ਹੈਗੇ ਪ੍ਰਾਈਵੇਟ ਹੀ ਆ ਬਾਈ, ਉਹਨਾਂ ਰੱਖੇ ਹੋਏ ਆਪਦੇ ਕਿਰਾਏ ਦਿੰਦੇ ਹਨ। ਆਹ ਇੱਧਰ ਹੋਰਨ ਖੂਹ ਪੜਦਾ, ਪਤੰਦਰ ਦੀ ਟਰਾਲੀ ਤਾਂ ਦੇਖਦੀ ਨਹੀਂ ਗਈ ਕਿਤੇ। ਚਾਰ ਆ ਵੱਡਾ ਮੇ ਵਾਲ ਵੀ ਦੇਖੋ ਲੈ, ਉਹ ਵੀ 90 ਐਚ ਪੀ ਪਾਇਆ ਹੋਇਆ ਮੂਹਰੇ, ਵੱਡਾ ਮੇ ਚਾਰ ਚੱਲਦੇ ਆ ਉਹ ਸੰਧੂ ਫਾਰਮ ਜੋਧਾਂ ਵਾਲਿਆਂ ਦਾ ਬਾਈ। ਆਈ ਵੇਰ ਲਿਆ, ਆਈ ਵੇਰਾਂਗੇ, ਪਰ ਟਾਇਰ ਇਹ ਨਹੀਂ ਮਿਲਦਾ ਆਇਆ। ਹੋਰ ਲੱਛਣ ਨਕਲ ਰਹੀ ਆ ਹੋਇਆ ਵੀ ਟਾਇਰਾਂ ਵਾਲੇ ਆ, ਟਾਇਰਾਂ ਵਾਲੇ ਦਾ ਚਾਰ ਵੀ ਜਲਦੀ ਆ ਕਹਿਣਾ ਇਹਨਾਂ ਨੂੰ, ਜਿਵੇਂ ਟਾਇਰਾਂ ਤੋਂ ਬਿਨਾਂ ਪੰਗਾ ਯਾਰ ਗਏ ਲਿਆ, ਬਾਕੀ ਕਿਵੇਂ ਬਣਦਾ। ਅਤੇ ਚਲੋ ਚੱਕ ਲਿਆਂਦੇ ਆ ਹਾਲ ਜੀ ਇਹਦਾ, ਤੇਲ ਤੂਲ ਜਿਹਾ ਕੱਢਦੇ ਹਾਂ ਹੁਣ ਜਿਹੜਾ ਪਹਿਲਾਂ ਵਿੱਚ ਚੱਲਦਾ ਵਾ, ਤੇਲ ਕੱਢ ਕੇ ਫਿਰ ਐਕਸੀਵੇਟਰ ਟਰੈਕਟਰ 'ਤੇ ਲਾਵਾਂਗੇ। ਪਹਿਲਾਂ ਪਤਾ ਨਹੀਂ ਹੁਣ ਕਿਹੜੇ ਕਿਹੜੇ ਟਰੈਕਟਰ ਚੱਲੇ ਆਊਗਾ, ਥੋੜ੍ਹਾ ਹੁੰਦਾ ਜੈਕ ਦੇ ਵਿੱਚ ਤੇਲ, ਜੈਕ ਵਾਲਾ ਖਾਲੀ ਕਰ ਦੇਣਾ ਆਪਾਂ ਹੈਗਾ ਟੂਲ ਤਾਂ। ਇੱਧਰ ਚਲਾ ਕੇ ਦੇਖਦੇ ਹਾਂ ਅੱਜ, ਪਤਾ ਨਹੀਂ ਕਿਵੇਂ ਚੱਲਾਂਗੇ। ਟਾਇਰ ਤੋਂ ਬਿਨਾਂ ਆਪਾਂ ਨੂੰ ਉਹ ਹੈ ਨਹੀਂ, ਟਾਇਰ ਵਾਲੇ ਤਾਂ ਚਲਾਈ ਚਲੇ ਰਹਿੰਦੇ ਹਨ, ਅਤੇ ਦੇਖਦੇ ਹਾਂ ਬਾਕੀ ਚੱਲਦੇ ਹਾਂ ਫਿਰ। ਬਹੁਤ ਜੀ ਬਹੁਤ, ਇਹ ਕਿਆ ਦਿਮਾਗ ਪਾਇਆ ਹੈ ਆਪਣੇ ਸਰ। ਬਚਾ ਚ ਬਚਾ, ਲੈਫਟ ਹੀ ਥੱਲੇ ਨੂੰ ਆਓ ਮਾੜਾ ਜਾ, ਇਧਰੋਂ ਹਿੱਲੂ ਉਪਣਿਆ ਦੇ ਆਏ ਕਿ ਮੈਲ ਜੀ ਆ ਕੱਢ ਕੇ ਆ ਡੰਡਾ ਜਾ ਘੁੰਮ ਜਾਂਦਾ ਹੁੰਦਾ ਆਹ ਕੱਲਾ, ਹਾਂ ਲੈਂਕਾ ਕੱਢ ਕੇ ਫਿਰ ਐ ਘੁੰਮ ਜਾਂਦਾ ਹੁੰਦਾ। ਸਵਰਨਿਆ ਤੇਲ ਦਾ, ਤੇਲ ਦਾ ਕਾਲਾ ਹੀ ਸੀਗਾ ਨਾ। ਕਮਾਈ ਬ੍ਰੋ ਮੁਖੜਾ ਵੀ ਹੈ ਨਹੀਂ ਗੀ ਉਹ ਲੋਕ, ਵਾਹ ਜੀ ਵਾਹ। ਕੀ ਹੋ ਗਿਆ ਹਟਿਆ ਇਹ, 15 ਹਜ਼ਾਰ ਨੱਪਦੇ ਵੀ ਮਾੜਾ ਜਿਹਾ ਵਿੱਚੋਂ ਹਵਾ ਨਿਕਲ ਜੂਗੀ, ਉਹ ਮੈਂ ਮਾੜਾ ਜਿਹਾ ਨੱਪਿਆ ਸਾਰਾ, ਇੱਥੇ ਪ੍ਰੈਸ਼ਰ ਮਾਰਿਆ ਸਾਰਾ ਉਹਦੇ ਉੱਤੇ ਆ ਗਿਆ ਇਹਦੇ, ਇੱਥੇ ਖੜੇ ਦੇ ਬਾਕੀ ਪਟਾ ਨਾ ਚੱਕਣ ਲੱਗੇ ਬੜੇ, ਲੈਫਟ ਲੁਫਟ ਬੰਨੀ ਜਾਊਗੀ ਨਾਲੇ, ਹੁਣ ਚੈੱਕ ਹੋਣਗੇ ਕੀ ਕਹਿੰਦੇ ਕੀ ਨਹੀਂ ਕਹਿੰਦੇ। ਇਧਰੋਂ ਚੱਕਰ ਨੀ ਪਾਉਂਦਾ, ਐ ਨੀ ਹੈਗਾ ਵੀ ਬੰਦੋ ਨੋਲ ਜਾਂ ਕੁਛ, ਇਹਦਾ ਪਾਸ ਹੀ ਆ ਫੀਟਾਂ ਦੇ ਲੱਗੀ ਰਹੀ ਆ ਪਹਿਲੇ ਟਾਈਮਾਂ 'ਚ, ਇਹਦਾ ਪਾਸ ਹੀ ਪਾਸ ਆ ਗਿਆ, ਪਹਿਲਾਂ ਹੀ ਪਾਸ ਸੀ ਸੱਚ ਲੈ ਗੱਲ, ਮੈਂ ਕੀ ਕਹਿ ਗਿਆ ਇਹਦਾ ਪਹਿਲਾਂ ਹੀ ਪਾਸ ਸੀਗੀ ਮੇਰੇ ਕਹਿੰਦੇ ਵੀ ਪਾਸ ਹੋ ਗਈ ਅੱਜ ਮੇਰੇ ਕਹਿੰਦੇ। ਬਾਕੀ ਭਾਈ ਵੇਟ ਦਾ ਬਹੁਤ ਨਹੀਂ ਆ ਰਿਹਾ ਐਵੇਂ ਕਹਾਂ, ਸੈਂਟਰ ਦਾ ਟਾਇਰ ਹੀ ਚੱਕਣਾ ਪੂਰਾ ਵੀ, ਸਾਹਮਣੇ ਦੇਖੋ ਸੱਪ ਸੱਪ ਬਣਦਾ ਜਾਂਦਾ ਗੇਟ ਦੇ ਵਿੱਚ, ਉਹ ਵੀ ਟਰੈਕਟਰ ਭਾਈ ਟਾਇਰ ਟੂਰ ਨਹੀਂ ਚੱਕਦਾ ਹੈਗਾ, ਜਿਹੜਾ ਮੇਨ ਗੱਲ ਦਾ ਨਜ਼ਾਰਾ ਜਿਹਦਾ ਆਪਾਂ ਨੂੰ ਲੈ ਚੜਦਾ ਜਮਾ ਲੀਵਰ ਚੜਦਾ ਯਾਰ ਬਾਈ ਤੇ ਹੋ ਚੱਕਰ।
फिर ही आने वधिया चली जाते हैं गड्डी टॉय पाते ना ते आ रे किन्ने सोहने चली जाते हैं ना लैंक जी टैड करने वाली यार एक हुई नहीं हैगी आ बच्चे एक गेड़ा पराली छड़ता उधरों आता ना मूहरे वाला पासा घूम आता माड़ा जहा गड्डे गड्डे टुट गए सारे पानी देखो मैंबर कितने टंके गया पीने वाला बाकी उठे नहीं रुकता लगे हुए हैं बस चक्की जाने फटे जी फिर यार बेट बूट यार बई आ चीजा ने बहुत मायने रख बनाता उदन ओह मारिया मैं मलचर ते रोटा विटर वो तंग हो गया वहाँ ये तंग कि आना सी है ना हूँ वधिया आ बंपर थले जगाड़ देखो खड़ता नहीं खड़ता अज कराता आया तुम्हें पिछली वीडियो देखा होगा है ना जो बंपर के थले बेड़ लगा के लेके आए हैं रंग रुंग तो मचाता आप पर बेट आए थले लग गए चार बेटा पिछले ब्लॉग देखे ही होगा हूँ जानी वो दे 50 किलो चुल्हा हो गया जानी यार ट्रैक्टर के मूहरे मूहरे आप इन्नी थां के बिच बिच 3 क्विंटल भार करता इतने तो नज़ारे आए थे ए नहीं है भी चक्की जान ये टायर जो आना भी फेरी है ना बिना टायर तो आना तो आ बिना टायर तो बड़ा मैं हाँ मैनू वह ही चक सी मगर ट्रैक्टर ने जोड़ा ता ही रखना तो पर ना यार कोई चक्कर ही नहीं नज़ारे आ जीत दे यार वीडियो जी बनती नहीं है मैंबर होने गए पहले भुल गया थलों भी नहीं दिखाया ट्रैक्टर ना मतलब थलों वीडियो भी नहीं बनवाई आप मिट्टी रंग जो लग होंगे पता लगते हैं पिछली बार पटाम इन्ने वधिया नहीं फिर इस बार ठोक के फिर गया पूरे ओह पिछली बार एक अपने को हल नहीं सही सके आई खेत फिर जो आई टेढ़े ही फिर तेन एक हल नहीं इन्ने सही सके वो पिछला उन्होंने लगता ही घट सगा डंडा बड़ा कर लो छोटा कर लो तो बाकी फेरे वेली वेली बार से ना हूँ वह भी फिर जहाँ पै गया तो वह भी हल वधिया नहीं चलो हाल इधर मिट्टी देखो नज़ारे बनने पे यार नज़ारे क्लिपाइया डैडी ने बनाई सगिया काफ़ी बनाई हुई ने मैं हूँ देखा फोन चैक किया एडिट करते वे तो इतने बनाई फिर अगे थोनों अगे भी ऐड करूँगा क्लिपा जड़िया थलों खड़ के बनिया हुई जानी सारिया डैडी ने बनाई हुई आपके फोन चलो पलटावे तो फ्री आते वाया बन गया गए यार ऐसी कोई बात नहीं जी माड़ी मोटी जी रह गई रोटा पिटर दोबारे नप देनी है पै जा मैं आ देख लगे जी लिफ्ट थोड़ी चिकी हुई है देखो ट्रैक्टर उवें चढ़ गया कोई मतलब नहीं गेयर थोड़ा जहा बड़ा गल नाले बट भी किड्डी आ पक्की बट आ थोड़े टायर चक्या पहला रोटा पिटर के इन्हें टायर चक्या रहा है मैं वो दस रहा भी वेट का भाई कि महत्व आप ही समझ लो यार पंजाबी आवा तो मैं पंजाबी की बोलता वा मैं कड़ा बस अरे यार ठीक है सारा फिर गया हले बाद दो घड़े रह गए उस सैट आने गेड़े गुड़े ला के वो दूजे गेट जाने उतू फेरते हैं जाके 3 किले हो रहा बस हल टायर नहीं चकू रोटावीटर मार के खेत की पूरी गलबात बन जानी हैगी नज़ारे आ गए है पीली मिट्टी कड़ती हैगी मैं कहना पीली मिट्टी भी एक अद्धी बार निकलती होगी ठोक के बरे हूँ
ਫਿਰ ਤਾਂ ਕਾਹਦੀਆਂ ਬਿਲੀਆਂ ਮਿੱਟੀਆਂ ਰਹਿ ਗਈਆਂ ਡੋ ਡੋ ਕੇ ਆਈ ਵੱਜਣ ਲੱਗ ਗਏ ਬਾਕੀ ਉਹ ਪਤਾ ਨਹੀਂ ਬਾਈ ਆਪਣੇ ਵੀ ਨਾਲੇ ਅਤੇ ਸੈੱਡ ਵਾਲੇ ਗੱਡੇ ਹੋਰ ਇੱਧਰ ਲਾ ਦੇ ਉੱਧਰ ਲਾਉਣ ਲੱਗਿਆ ਵਾਂ ਬਸ ਉੱਧਰ ਦੂਜੇ ਗੱਡੇ ਚੱਲੀ ਉਸ ਤੋਂ ਬਾਅਦ ਇਹਦੇ ਵਿੱਚ ਪਹਿਲਾਂ ਮਲਚਰ ਮਾਰਿਆ ਜੀ ਮਲਚਰ ਤੋਂ ਬਾਅਦ ਆ ਗਿਆ ਰੋਟਾਵੇਟਰ ਹੁਣ ਪਲਾਓ ਵੱਜ ਰਿਹਾ ਜੀ ਕਾਫੀ ਲੱਗ ਗਿਆ ਸਵਾ ਕੁ ਬਾਰਾਂ ਲੈ ਕੇ ਆਇਆ ਸੀਗਾ ਮੈਂ ਇਹਨਾਂ ਨੂੰ ਫਲਾਂ ਨੂੰ ਅਤੇ ਸਾਢੇ ਕੁ ਸੱਤ ਹੋ ਗਏ ਯਾਨੀ ਸੈੱਡਾਂ ਵਾਲੇ ਜਿਹੜੇ ਰਹਿ ਗਏ ਬਾਕੀ ਸਾਰਾ ਫਿਰ ਹੋ ਗਿਆ
ਸੈੱਟ ਵਾਲੇ ਗੱਡੇ ਲਾਉਣ ਲੱਗਾ ਪਰ ਹਾਲ ਵੀ ਲਾ ਹੀ ਯਾਰ ਬਸ ਇੱਕ ਪਾਸੇ ਰਹਿ ਗਏ ਜਾਣੀ ਇੱਕ ਪਾਸੇ ਸੈੱਟ ਵਾਲੇ ਗੱਡੇ ਵੀ ਲਾ ਜਾਵਾਂਗੇ ਚਲੋ ਜੀ ਕੰਮ ਡਾਨੇ ਆ ਕੱਢ ਲਈ ਖੇਤੋਂ ਲੈ ਚੱਲੇ ਹਾਂ ਅਤੇ ਛੱਡੇ ਜੀ ਬਸ ਹੁਣ ਇਹਨਾਂ ਦਾ ਕੰਮ ਹੈ ਨਹੀਂ ਕੋਈ ਪੇਟ ਹੈਗੇ ਆ ਹੈਗੇ ਆ ਜੇ ਨਾ ਹੁੰਦੇ ਤਾਂ ਸਾਨੂੰ ਟਰੈਕਟਰ ਦਾਨ ਹੋਣਾ ਸੀਗਾ ਅਤੇ ਛੱਡੇ ਜੀ ਹੁਣ ਫਿਰ ਪੂਰੇ ਯਾਰ ਲੈਟਾਂ ਹੀ ਆ ਇਹਦੀ ਸੁੱਚ ਹੈਲਦੀ ਆ ਮਾੜੀ ਮਾੜੀ ਇਹਨੂੰ ਪਤਾ ਨਹੀਂ ਕੀ ਦੌਰਾ ਪੈਂਦਾ ਵਿੱਚ ਵਿਚਾਲੇ ਜੀ ਮਿੱਧੀ ਜੀ ਹੋ ਜਾਂਦੀਆਂ ਜਾਂ ਦਾਰ ਤੋਂ ਢਿੱਲੀ ਯਾਰ ਤੋਂ ਢਿੱਲਾ ਆਊਗਾ ਬੰਪਰ ਲੈ ਕੇ ਥੱਲੇ ਆਣੇ ਭਵੇ ਹੋਰ ਕੌਣ ਬਾਜੀ ਪਾ ਮੋਟਰ ਤੇ ਕਹਿੰਦੇ ਲੈਟ ਆਈ ਵੀ ਅਗਰ ਯਾਰ ਇਹਦਾ ਕਿਸੇ ਦਾ ਹਾਲੇ ਉਹ ਅੰਦਰੋਂ ਅੰਦਰ ਹੀ ਮਣ ਜਾ ਮਣ ਕਰਦਾ ਵਾ ਪਰ ਦਿਲ ਨਹੀਂ ਕਰਦਾ ਉਹੀ ਧੌਲ ਜੀ ਆ ਯਾਰ ਇਹਦਾ ਰੰਗ ਰੁੰਗ ਕਰਨਾਗੇ ਇਹਨਾਂ ਨੂੰ ਮੋਟਰ 'ਤੇ ਕਰਨਾ ਆਪਾਂ ਪਰ ਇਹ ਹੁਣ ਕਿਸੇ ਗੱਲੋਂ ਹੀ ਹੋਊਗਾ ਇੰਨਾ ਕੁ ਮੈਨੂੰ ਪਤਾ ਆ ਅਤੇ ਯਾਰ ਆਹ ਵੀ ਹਲੇ ਆਹ ਵੱਡੇ ਪਿਆ ਹਨ ਆਲੂ ਬੀਜੀ ਆ ਪਹਿਲਾਂ ਤਾਂ ਆਪਾਂ ਹੈ ਨਾ ਫਿਰ ਦਿਖਾਈ ਤਾਂ ਕੈਜਾ ਬਣ ਗਿਆ ਹਲੇ ਵੀ ਟੱਕਰ ਤਾਂ ਵੱਜੂਗੀ ਮੇਰਾ ਤਾਂ ਇਹ ਇਰਾਦਾ ਜਿਹੜੀ ਆ ਪਰਾਲੀ ਮਾੜੀ ਮੋਟੀ ਬੱਜ ਗਈ ਯਾਰ ਪਰਾਲੀ ਬਾਹਲੀ ਜਾ ਰਹੀ ਸੀਗੀ ਖੇਤ 'ਚ ਵੱਡੀ ਪਰਾਲੀ ਨਾ ਬਾਹਲੀ ਜਾ ਰਹੀ ਸੀ ਖੇਤ ਦੇ ਵਿੱਚ ਵਧੀਆ ਬਣ ਗਿਆ ਫਿਰ ਵੀ ਉਹਦਾ ਰੋਟਾ ਬਿੱਟਰ ਨਾ ਆ ਜਾਣਾ ਸੈੱਟ ਤੁਹਾਨੂੰ ਕੀ ਲੱਗਦਾ ਕਮੈਂਟ ਥੱਲੇ ਕਮੈਂਟ ਸੈਕਸ਼ਨ ਚੱਕ ਕੇ ਦੱਸੋ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਜੀ ਕੱਲ੍ਹ ਰੋਟਾਵੀਟਰ ਨਾਲ ਸੈੱਟ ਆ ਜੂ ਵੈਸੇ ਤਾਂ ਤੁਹਾਡੇ ਕਮੈਂਟ ਆਉਣ ਤੋਂ ਪਹਿਲਾਂ ਮੈਂ ਇਹ ਵਾਹਤਾ ਹੋਣਾ ਰੋਟਾਵੀਟਰ ਨਾਲ ਜਾਂ ਜਿਹੜਾ ਉੱਪਰ ਉੱਪਰ ਮੂਜ ਪਿਆ ਵਾ ਇਹਨੂੰ ਬਾਹਰ ਕੱਢਤਾ ਹੋਣਾ ਵਾ ਜਾਂ ਇਹਨੂੰ ਅੱਗ ਲਾਤੀ ਹੋਣੀ ਆ ਮਾੜਾ 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 ਮੂਜ ਪਿਆ ਜਿਹੜਾ ਪਰ ਬਈ ਨਜ਼ਾਰੇ ਬਹੁਤ ਬੰਦ ਆ ਯਾਰ ਸੌਂ ਲੱਗੇ ਜ਼ਮੀਨ ਸਮਾਨ ਦਾ ਫਰਕ ਪੈ ਜਾਂਦਾ ਇੱਕ ਨਿੱਕੀ 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 ਨਹੀਂ ਕਹਿ ਸਕਦੇ ਨਹੀਂ ਜਮਾਂ ਵੀ ਨਿੱਕੀ ਨਹੀਂ ਕਹਿ ਸਕਦੇ ਹੈਗੇ ਸਾਡੋਂ ਨਿੱਕੀ ਨਹੀਂ ਹੈਗੀ ਕਿਹੜੀ ਸੌਂ ਲੰਬੀ ਆ ਨਾ ਪੈਪ ਐ ਝੋਲ ਮਾਰਦੀ ਆ ਫੇਰ ਵੀ ਇੱਕ ਆਹ ਜਿਹੜਾ ਏਅਰ ਫਿਲਟਰ ਆ ਏਅਰ ਫਿਲਟਰ ਮੈਂ ਕਹਿੰਦਾ 7 ਇੰਚ ਆ 7 ਇੰਚੀ ਆ ਤੇ ਇਹ 8 ਇੰਚੀ ਲੱਗਣਾ ਥੋੜਾ ਜਿਹਾ ਵੱਡਾ ਕਰਨਾ ਆ ਇਹ ਅਤੇ ਇੱਕ ਹੋਰ ਕੀ ਸੀਗਾ ਇੱਕ ਸੱਚ ਯਾਰ ਹਲੇ ਸਮਾਨ ਵੀ ਦੇ ਕੇ ਆਉਣਾ ਕੱਲ੍ਹ ਨੂੰ ਮੈਂ ਟਰੈਕਟਰ ਲੈ ਕੇ ਜਾਂਦਾ ਬਾਈ ਕੋਲ ਉੱਥੇ ਅਲਮਾਰੀ ਇਹਦਾ ਇੱਕ ਹੋਰ ਚੀਜ਼ ਵੀ ਕਰਨੀ ਸੀਗੀ ਅਤੇ ਇੱਕ ਪੈਪਾਂ ਪਾਈਆਂ ਬਣਾ ਕੇ ਆਉਣੇ ਨਾ ਕੱਲ੍ਹ ਨੂੰ ਚੱਲ ਚਲੋ ਉਸ ਤੋਂ ਬਾਅਦ ਜਿਹੜੀ ਆਹ ਬੈਂਡੀ ਹੈ ਇਹਦੀ ਇਹ ਫਿਲਹਾਲ ਦੀ ਘੜੀ ਆਪਾਂ ਹੀ ਰੱਖਣੀ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਬੈਂਡੀ ਆਪਾਂ ਸੀਜ਼ਨ ਨਿਕਲੇ ਤੋਂ ਬਾਅਦ ਆਲੂ ਨੂੰ ਬੀਜ ਲਏ ਜਦੋਂ ਸਾਰਾ ਕੁਝ ਕਰਕੇ ਵਿਹਲੇ ਹੋ ਗਏ ਹੈ ਨਾ ਉਦੋਂ ਨਿੰਦੀ ਬਣਾਊਗਾ ਉਹ ਕਾਰਡ ਨਿੰਦੀ ਕੱਢੂ ਜਿਹੜੀ ਸਿਟੀ ਲਾਉਣੀ ਆ ਉੱਥੋਂ ਤੋਂ ਲੈ ਕੇ ਇੱਥੇ ਤੱਕ ਇੰਨੀ ਚੀਜ਼ ਜਾਣੀ ਆ ਇੰਨੀ ਚੀਜ਼ ਕਿਹ ਆਉਣੀ ਆ ਇਹਦੇ ਵਿੱਚ ਮਾਰੂਗਾ ਇਹ ਸਿਟੀ ਜਿਹੜੀ ਬੈਕ ਸਿਟੀ ਹੁੰਦੀ ਆ ਸਿੱਧੀ ਸਿਟੀ ਤਾਂ ਹੁਣ ਮਾਰੀ ਜਾਂਦਾ ਸਿਟੀ ਬਹੁਤ ਸੋਹਣੀ ਆ ਬਾਕੀ ਯਾਰ ਟਰੈਕਟਰ ਦੇ ਮੈਂ ਹੈਰਾਨਾ ਦੇਖ ਲਓ ਟਰੈਕਟਰ ਦੀ ਕਿੰਨੀ ਆਵਾਜ਼ ਸੀ ਜਦੋਂ ਆਪਣੇ ਸਿੱਧੇ ਲਾਏ ਹੁੰਦੇ ਸੀਗੇ ਸਿਲੰਡਰਾਂ ਨੂੰ ਪੈਪਾਂ ਲਾਈਆਂ ਹੁੰਦੀਆਂ ਸੀ ਟਰੈਕਟਰ ਦੀ ਕਿੰਨੀ ਜ਼ਿਆਦਾ ਆਵਾਜ਼ ਸੀ ਕਿੰਨਾ ਰੌਲਾ ਪਾਉਂਦਾ ਹੁੰਦਾ ਜੀ ਹੈ ਨਾ ਟਰੈਕਟਰ ਦੀ ਆਵਾਜ਼ ਹੀ ਗੈਬ ਹੋ ਗਈ ਕੋਈ ਪੱਠੀ ਨਹੀਂ ਸਿੱਧੀ ਪੈਪ ਆ ਕਿੰਨੀ ਵੱਡੀ ਪੈਪ ਜਾਂਦੀ ਆ ਕੱਲੀ ਯਾਰ ਟਰਬੋ ਨੇ ਅਤੇ ਆਵਾਜ਼ ਕੋਈ ਤਾਂ ਗੈਬ ਹੀ ਰਹਿੰਦੀ ਆ ਵੱਡੀ ਵੀ ਕਾਫੀ ਆ ਯਾਰ ਵੈਸੇ ਜੇਕਰ ਹਲੇ ਵੀ ਨਾ ਮਨ ਖੁਸ਼ ਹੋਏ ਤਾਂ ਬਟੇ ਲਾਉਣ ਤੇ ਨੇ ਪੈਸੇ ਲੱਗ ਗਏ ਬਾਈ ਬਹੁਤ ਪੈਸੇ ਲੱਗ ਗਏ ਯੂਟਿਊਬ ਦੀ ਪੇਮੈਂਟ ਸਾਰੀ ਦੀ ਸਾਰੀ ਗਈ ਇੱਕ ਅਤੇ ਆਹ ਵੀ ਯਾਰ ਕੰਮ ਸਫਲ ਹੋ ਗਿਆ ਫਿਲਹਾਲ ਦੀ ਘੜੀ ਅੱਜ ਯਾਰ ਅੱਜ ਦਾ ਕੰਮ ਸਰ ਗਿਆ ਨਾ ਇੱਕ ਆਪਣਾ ਹੋਰ ਲੈਣ ਸਾਰ ਦੇਵੇ ਸਿੱਧੀ ਵੱਲ ਨਿਗਾਹ ਮਾਰ ਲਗਾਤਾਰ ਆਈ ਮਾਰੀ ਜਾਣੀ ਆ ਤੁਹਾਨੂੰ ਬਾਈ ਖੇਤ ਦੇਖ ਕੇ ਕੀ ਲੱਗਦਾ ਆਲੂ ਵਾਲੇ ਉਹ ਆਈ ਸੈੱਟ ਆ ਜੂ ਇਹ ਮਾੜੀ ਮਾੜੀ ਪਰਾਲੀ ਹੀ ਪਈ ਆ ਬਾਈ ਬਾਹਲੀ ਜ਼ਿਆਦਾ ਪਰਾਲੀ ਸੀਗੀ ਉਹ ਆਹ ਖੇਤ 'ਚ ਤਾਂ ਇਹਦਾ ਸੈੱਟ ਆ ਗਿਆ ਮੈਂ ਧੱਕਾ ਇੰਨਾ ਨਹੀਂ ਕੀਤਾ ਦੇਖ ਲਓ ਬੀ ਪਾ ਕੇ ਨਾ ਮੈਂ ਪਹਿਲਾਂ ਗੇਅਰ ਪਾ ਲਿਆ ਇੱਧਰ ਅੱਜ ਉਹਨੂੰ ਵਲੋਗ ਤਾਂ ਬਣਾਇਆ ਹੀ ਨਹੀਂ ਮੈਂ ਮੈਨੂੰ ਆਇਆ ਸੀ ਵੀ ਫੇਰੀਏ ਕਿਉਂਕਿ ਲੈਫਟ ਵੀ ਨਹੀਂ ਬੰਨੀ ਸੀਗੀ ਮੈਨੂੰ ਅੱਜ ਕੱਲ੍ਹ ਲੈਫਟ ਵੀ ਨਹੀਂ ਬੰਨੀ ਮੈਂ
ਜਿੰਨਾ ਮੈਂ ਤੋਂ ਡੂੰਘਾ ਫਿਰ ਸਕਦਾ ਹਲ ਮੈਂ ਉਹਨਾਂ ਡੂੰਘਾ ਫੇਰਿਆ ਮਤਲਬ ਜਿੰਨਾ ਕੁ ਮੈਂ ਟਰੈਕਟਰ ਨਾਲ ਫੇਰ ਸਕਦਾ ਸੀਗਾ ਉਦੋਂ ਬਾਅਦ ਗੇੜੇ ਨਹੀਂ ਸੀ ਭੰਨਦਾ ਉਹ ਕਰਨ ਲੱਗ ਜਾਂਦਾ ਸੀਗਾ ਆਪਣਾ ਸਲਿੱਪ ਮਾਰਨ ਲੱਗ ਜਾਂਦਾ ਸੀ ਖੜ੍ਹ ਜਾਂਦਾ ਸੀ ਟਰੈਕਟਰ ਹਲ ਖੋਹ ਜਾਂਦੇ ਸੀਗੇ ਪਿੱਛੋਂ ਸਲਿੱਪ ਮਾਰੀ ਜਾਂਦਾ ਸੀਗਾ ਕਿੰਨਾ ਰੌਲਾ ਹੋ ਗਿਆ ਨਾ ਬਾਹਰ ਆ ਕੇ टैंकी फुल करती एक घटो घट नहीं अज बई खा गया थोनू मैं दसा एवरेज ही मन के चलीए तो आ कितने लीटर वाली आ खा गया पंजाह पंजू क लीटर के आस पास मान लो कि दिहाड़ी अठ नौ घंटे खा गया टेंकी लालते आ गई सी तो यो फुल गई है हाले चक्की नहीं है बंद है इतने सोच जमा फुल हो गई सी इतने तक तेल आ गया इतने तक टेंकी जानी हाल चकली दुबारे तो बाकी आप हिसाब करता टेंकी फुल करती है सवेरे इसे भी कचरा कड़ देंगे जो माड़ा मोटा होगा ये चो तो एक होर चीज करती आप जेडे थलो गेट झाती मारते रंग करते देखो ब्लैक मैट सारे एक बार निकालता इधर भी दो प्लेटा के मूहरों भी जिन्ना कमित तो हो सकता है मूहरों ना देखे बस इतों झाती ना हरी रंग की बाकी आ देखो बी बंपर भी डिप है थले आ चीज थले आ गई आ चीज ये बराबर सी थले नू आ गया मूहरों चीजा जी होनी होनी क्योंकि बंपर के थले वेट काफ़ी टाइम ज्यादा वा तो बस हूँ तो यार नहाइए धोइए लिबड़े दे बड़े पे हैं तड़के उठ के रोटावीटर मारना सारे जी ना देखो यार एक तुम्हें होर चीज़ दिखावा मैं घर जाकर टेस्ट कर लग गया होगा ब्लॉग तो मैं लगता अपना हूँ ही खत्म करना पैना वा जिस हिसाब निकले अपना दो दो चार चार मिनट दिन बनिया आ देखो काला किता आ रे गुड्डी पट्टी वो दे मैं रोड के भी ऐ करता राह के भी ऐ करता आ देख ल बनना नहीं यार आ रे सीधा स्लिप मारे सीधा वो मैं वो देखता है हले वो ब्रेक एक ब्रेक ला के चेक ही नहीं किया अज मैं ही एक ब्रेक ला के चेक किया मैं इतने ब्रेक लाया वो डर घुमाया फिर घुमाया तो इतने जाके अंदर भी जो कढ़ाया पिछले लिंक ला के फिर आम जहाँ करके हटिया तार के गुड्डी काली काली निकली हुई है वो देखता सी यार सी दे हूँ तेन मैं दसा गल जो जा यार वह समझ जू आ गल आह ट्रैक्टर की आह मॉडलों की नॉन टर्बो की टर्बो की गल नहीं करता टर्बो तो यार हम गड्डिया गड्डिया लग गई है ना आह भी गड्डी लग गई तो हूँ भी उमी खड़ा वा सी दे मैं उमी बंद करता सी बैक दे लिंक नाल टच है ना जमी आ रहा टक पिया इत बैक दे खड़े ने टायर घुमाए हुए काफ़ी टाइम वो भूर झूर पई उधर भी पई होनी सी टॉप दे बैक दे ना लिंक ला के टायर घुमाया बिड बुड भी पे हुए टायर भी रेडियो नाले है नहीं कहते भार है नहीं गा तो घुमाए आ गेड़े नहीं बन रहा कुछ कि गेड़े बनता है तीन का चक्कर छड़िया वा कि पचास सौ चक्कर बनता है गेड़े सी दे टायर घुमाई जाता से नहीं बेचारी की हाल बनया तो रोटावीटर पावे सवेरे निकाह जा सब तो पहले अगली बार रोटावीटर बदलना होर कुछ बदलीए ना बदलीए तो लसंद खानी होर भी ले जाएंगे रोटावीटर बड़ा लेइए नौ या दस फुट ले गई सत्त फुट की करता यार चलो सू मिलते आप तड़के क्यों क्यों मन फिर पतंदर का ब्लॉक का ध्यान ही है नहीं यार अरे तड़के आ के इनू हल भी मार गया तो सुहागा भी मार गया इतने कणक बीजनी पट्ठे वाली थां ते और इन्ने रह गए फिर बीजी जाऊ देखते हैं अज बीज देंगे तो गल सुकी जाती है ओके रोटावीटर बजू काफी टाइम लग जाना फिर भी हौली हौली फेरा खाद खूद चक्की फिरते हैं पता नहीं जी आलूआ के थले हिटा मारना जानी पहला एक बार ट्राली च बैठा एक अंदर बैठा मैं देखिए ना बंदे कहते गए नवी रोटावीटर जहाँ पा के आ गया खेत करनी जाके आह करते हैं बस हम रोटावीटर फेरते हैं एक्स नवी नाल ही फिरता
ਉਹ ਗੱਡੀ ਦੇ ਵਿੱਚ ਬੈਠਾ ਹੋਣਾ ਪੱਕਾ, ਵਿੱਚੋਂ ਨਿਕਲਿਆ ਨਾਲ ਤੇ ਬਾਕੀ ਵਾ ਫੇਰ ਲੱਗਿਆ ਬਟਾਵੇਂ ਇੱਧਰ। ਬਾਕੀ ਤੁਹਾਨੂੰ ਮਿਲਦੇ ਆਪਾਂ ਅਗਲੀ ਵੀਡੀਓ 'ਚ, ਇਹਨੂੰ ਕਰ ਦਿੰਦੇ ਸਮਾਪਤ।